हाँ जी मित्रों की हाल चाल है, उम्मीद सारे वधिया होंगे। अपने पिछले हफ्ते आप देखी सी मंडी कोटकपुरे की, उत्थे नहीं बनी गल। अज आप चले बरनाले, उत्थे स्वराज ट्रैक्टर कहते ज्यादा आता है। दूजे बंदे अपने ट्रैक्टर लेके पहुंच गए, तलवंडी वाला वेख्या सी माहौल बुधवार नूं, पर नहीं उत्थे भी नहीं बनी गल। हुण आप जा रहे हैं बरनाले। किथे जा गए आप? भगता टप गए। की चीज भगता टप? जलाल जाई जाने जी, जलाल पहुंचने वाले हैं। एक्साइटमेंट का थानू पता होंगी है, मालक मेहर करे अज ट्रैक्टर मिल जाए सानू। बाकी बने रहो वीडियो के नाल, उत्थों का दिखाने फिर माहौल थानू जिवें भी होया। सलावतपुरे डेरा सच कंटीन, इतों हम पानी पुनी पी के चलते हैं। सोहना बनाया प्रोग्राम क्योंकि वाट वाह वाह थानू पता। पानी पुनी पी के फिर चलांगे। इतना देखो जी अंदर का व्यू, लाइक फाइव स्टार होटल। ये आ गया जी बैंकट हॉल। किसी ने कोई भी प्रोग्राम करना तो एसी हॉल है। सोहना बनाया प्रोग्राम सच कंटीन, 100% शुद्ध शाकाहारी। भगते तो बरनाला रोड के उपर लंघते टपते सलावतपुरे जो मर्जी इतने तुम स्टे लै सकते हैं। अंदर बह के कुछ मर्जी खाओ पियो, टोटल प्योरिटी के नाल। लो भी मित्रों बरनाले पहुंच गए हैं। शान शून का कोई है नहीं, वाला गड्डी का धुप्पे लाउणी पैनी है। रौनक चंगी लग रही है, आ जाओ भी। इधरों स्टार्टिंग है, एरिया ठीक है लगभग। प्रीत रश चंगा ही है, गड्डी लाई आना वहा के लिया तेन 655 अर्जन नोवो सान ट्रैक्टर है, माड़े नहीं। ट्रालियां ट्रुलियां वाह वाइया है ना। अपने आने उधर ही खड़े खड़े होने, मतलब लगता पासे लाख है फोन। कोट नालों भी थोड़ा सा जगह का वैसे तलवंडी वाले को ही है। रेडियल पा रखे है 55। ट्रैक्टर कितना सोहना,
ताजा ही आ जावा। है कोई होर सत्त पंजा होर पास ਵੀਰੇ ਮੰਡੀ ਯਾਰ ਹੋਰ ਪਾਸੇ ਵੀ ਲੱਗਦੀ ਆ ਪਰਲੀ ਸਾਈਡ ਜ਼ਿਆਦਾ ਜਗ੍ਹਾ ਉੱਧਰ ਆ ਆ ਜਾਓ ਇਹ ਉੱਧਰ ਆ ਫਿਰ ਹਾਂਜੀ ਹਾਂ ਮਿਲਾਪ ਬਸ ਕਰਦੇ ਆ ਭਰਤ ਮਿਲਾਪ ਚੱਲੇ ਆ ਉਹਨਾਂ ਕੋਲੇ ਇੱਧਰ ਅਸੀਂ ਦੋ ਦੋ ਜਗ੍ਹਾ ਲੱਗਦੀ ਆ ਨਾ ਮੰਡੀ ਇਹ ਅਸੀਂ ਇੱਧਰਲੇ ਪਾਸ ਹੈ ਰੋਟੀਆਂ ਦੇ ਵੀ ਡਿੱਗ ਪਏ ਆ ਕੇ ਕੋਈ ਨਹੀਂ ਬਸ ਚੱਲੇ ਆ ਉਹਨਾਂ ਕੋਲੇ ਨਹੀਂ ਮੁੜਦੇ ਘਰੋਂ ਅਰਦਾਸ ਲੈ ਕੇ ਆਵਾਂਗੇ ਠੀਕ ਆ ਨਹੀਂ ਨਹੀਂ ਕੋਈ ਨਹੀਂ ਇਹਦੀ ਗੱਲ ਕਰਦਾ 665 ਹਾਰਸ ਪਾਵਰ ਆ ਇਹ ਮਾੜਾ ਕਿਹੜੇ ਗੱਲ ਵੇਖ ਉੱਤੇ ਬੈਣ ਬੈਣ ਬੂਨ ਨੂੰ ਭੈ ਜਾਂਦਾ ਸਿਰਾ ਜੀ ਆ ਲੱਗਦਾ ਹੈ ਨਾ ਨਕਲੀ ਨਾ ਫੇਰਿਆ ਕੋਠੇ ਵਰਗਾ ਡਰਾਈਟਰ ਆ ਕਿਆ ਬਾਤਾਂ ਬਹਿ ਕੇ ਸਾਲੀ ਫੀਲਿੰਗ ਹੀ ਵੱਖਰੀ ਆਉਂਦੀ ਹੈ ਤੇ ਯਾਰ ਮਹਿੰਦਰਾ ਕੋਈ ਮਾੜੀ ਮੋਟੀ ਕੰਪਨੀ ਥੋੜ੍ਹੀ ਆ ਸੋਹਣਾ ਡਰਾਈਟਰ ਆ ਕੰਪਨੀ ਨੇ ਬਹੁਤ ਵਧੀਆ ਸਹੂਲਤਾਂ ਦੇ ਰੱਖੀਆਂ ਨਾਲ ਦੇੜਾ ਰਾਜਾ ਕਾਲਾ ਰੰਗ ਦਾ ਫਿਰ ਇਹਦੇ ਆਉਂਦਾ ਹੀ ਆ ਨਹੀਂ ਨਹੀਂ ਟ੍ਰੈਕਟਰ ਠੀਕ ਆ ਜੇ ਪ੍ਰੀਤ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਜ਼ੋਰ ਲਾਇਆ ਪਰ ਬਣੀ ਨਹੀਂ ਗੱਲ ਹੈ ਨਾ ਸਸਤੇ ਸੁਸਤੇ ਵੀ ਕਰ ਰੱਖੇ ਆ 495 ਹਾਂ ਵੀਹ ਇਹੋ ਜਿਹਾ ਕੀ ਮਾੜਾ ਹੋਏ ਉਹਦੇ ਰਲ ਗਏ ਫੁੱਲ ਟੋਪ ਆ ਇਹ ਤੇ ਉਹ ਪਾਸੇ ਗੇਰ ਵਾਲੇ ਦੀ ਸੁਣਾਉਂਦੀ ਹੈ ਉਹ ਪਹਿਲੇ ਲੋਚ ਤੋਰਾ ਬਾਹਲਾ ਘੱਟ ਨਹੀਂ ਗਾ ਇਹਦੇ ਕਿੱਟ ਪਵਾ ਕੇ ਜਮਾਂ ਹੀ ਸਲੋ ਹੋ ਜਾਂਦਾ ਆਪਣੇ ਵਾਲੇ ਨਾਲ ਦਾ ਪੜਾਕਾ ਵੈਸੇ ਹੈ ਨੀ ਡਾਕਟਰ ਦਾ ਹੈਂ ਬੋਲੇ ਜੇ ਹਾਂ ਇਹ ਨਹੀਂ ਵੀ ਭੈਣ ਜਦੋਂ ਰੇਸ ਮਾਰੇ ਤੋਂ ਪਤਾ ਲੱਗੇ ਵੀ ਟ੍ਰੈਕਟਰ ਨੇ ਬੜਕ ਮਾਰੀ ਆ ਹੋਰ ਆਪਣੇ ਕੋਟ ਖੜਾ ਮੰਡੀ ਚ ਟ੍ਰੈਕਟਰ ਨੂੰ ਹੋਇਆ ਕੀ ਬਸ ਜਿਹੜੀ ਚੀਜ਼ ਵਿਕਦੀ ਆ ਉਹ ਵਿਕਦੀ ਨਹੀਂ ਵਿਕਦੀ ਨਹੀਂ ਵਿਕਦੀ ਇੰਜਨ ਤਾਂ ਉਹੀ ਆ ਚਿਮਟੀ ਵਾਲਾ ਦਾ ਜੀਟਰ ਜਿਹੜਾ 65 ਚਾਹੁੰਦਾ ਟ੍ਰੈਕਟਰ ਤਾਂ ਸੋਹਣਾ ਹੈ ਆਪਣੇ ਕੋਲ ਖੜਾ ਏਜੰਸੀ ਵਾਲੇ ਜੌਨ ਡੀਅਰ ਨੂੰ ਕਟਾ ਕੇ ਗਿਆ 4x4 65 ਉਹੋ ਜਿਹਾ ਲਿਆ ਹੋਵੇ ਨਾਲੇ ਮਿਲ ਹਿਸਾਬ ਨਾਲ ਜਾਊ ਅਤੇ ਪ੍ਰੀਤ ਹੀ ਸੀ ਉਹ ਤੁਹਾਡੇ ਉਹ ਭੋਖੜੇ ਵਾਲੇ ਕੋਲ ਸਰਪੰਚ ਕੋਲ
ਜਿਹੜਾ ਹੁਣ ਲਿਆ ਆਪਾਂ ਵੇਖਿਆ ਸੀ ਉਦੋਂ ਇੱਧਰ ਆਏ ਨੇ ਇੱਧਰ ਆਏ ਨਾ ਚੱਲ ਉੱਧਰ ਚੱਲਦੇ ਹਾਂ ਇੱਧਰ ਤਾਂ ਜਗ੍ਹਾ ਥੋੜੀ ਆ ਜੀ ਹੁਣ ਆਪਾਂ ਚੱਲੇ ਹਾਂ ਦੂਜੀ ਸਾਈਡ ਵੀ ਇੱਕ ਮੰਡੀ ਲੱਗਦੀ ਉੱਧਰ ਦੇਖਦੇ ਹਾਂ ਆਪਣੇ ਬੰਦੇ ਉੱਧਰ ਹੀ ਉੱਧਰ ਹੀ ਹੋਣੀ ਆ ਪਰ ਇਹ ਗਲੀ ਗੁਲੀ ਜਲਦੀ ਬਾਕੀ ਪੁੱਛ ਲੈਂਦੇ ਹਾਂ ਹੁਣ ਚੱਲੇ ਜੀ ਆਪਾਂ ਵੱਡੀ ਮੰਡੀ ਕਹਿ ਦਿੰਦੇ ਹਾਂ ਉਹਨੂੰ ਇਹ ਤਾਂ ਥੋੜ੍ਹਾ ਜਿਹਾ ਟਰੈਕਟਰ ਘੱਟ ਹੈ ਉਹਦਾ ਲੈਂਦੇ ਹਾਂ ਵਧਾ ਰੋਡ ਨਾ ਹੋਵੇ ਇੰਨੀ ਦੂਰ ਤਾਂ ਨਹੀਂ ਹੋਣੀ ਵੀਰੇ ਇੱਥੇ ਇੱਕ ਤਾਂ ਉਹ ਮੰਡੀ ਲੱਗਦੀ ਹੈ ਟਰੈਕਟਰਾਂ ਦੀ ਮਿਹਰਬਾਨੀ ਮਿਹਰਬਾਨੀ ਬਾਵਾ ਦੂਰ ਆ ਜੇ ਕੋਈ ਅੱਗੇ ਵਾਸਤੇ ਆਉਂਦਾ ਜੀ ਇੱਧਰ ਇਹ ਆ ਗਿਆ ਆਪਣਾ ਭਗਤਾ ਰੋਡ ਉੱਧਰੋਂ ਮੰਡੀ ਤੋਂ ਆ ਕੇ ਸੱਜੇ ਹੱਥ ਆਪਾਂ ਮੁੜਨਾ ਖੱਬੇ ਇੱਧਰੋਂ ਆਏ ਸੀ ਹਾਂ ਇੱਥੇ ਵੀ ਪੁੱਛ ਹੀ ਲਈਏ ਕਿਤੇ ਫੇਰ ਨਾ ਗਾਂਹ ਟੱਪ ਇੱਧਰ ਆ ਹੋਣਾ ਰੋਡ ਮੈਨੂੰ ਲੱਗਦਾ ਟਰੈਕਟਰ ਜੇ ਆਈ ਜਾਂਦੇ ਆ ਹੋ ਸਕਦਾ ਇਹਦਾ ਦਾਣਾ ਮੰਡੀ ਆ ਗਈ ਸਿੰਗਲਾ ਪੈਲਸ ਚੱਲ ਗਾਂਹ ਦਿਸ ਜਾਣਗੇ ਟਰੈਕਟਰ ਪੈਲਸ ਕੇ ਵਜਾ ਇਹ ਹਰਜੀਤ ਹਰੀ ਦਾ ਰੋਟੀਆਂ ਦੇ ਡਿੱਗ ਪਿਆ ਆ ਕੇ ਕਿ ਨਾਲ ਬਣਾ ਕੇ ਲਿਆਏ ਹੋਣੇ ਆ ਲਾ ਦਿੰਦਾ ਟਰੈਕਟਰ ਯਾਰ ਇੱਥੇ ਟਰੈਕਟਰਾਂ ਦੀ ਮੰਡੀ ਕਿੱਥੇ ਹੈ ਕਿਹੜਾ ਇੱਕ ਤਾਂ ਇਹ ਹੈ ਇੱਕ ਰੋਡ ਦੇ ਪਰਲੀ ਸਾਈਡ ਆ ਇਹਦਾ ਰਸਤਾ ਕਿੱਧਰ ਦੀ ਆ ਪਿੱਛੇ ਦੀ ਚੱਲ ਬਈ ਬਸ ਤਾਂ ਖੜੀ ਆ ਮੋੜ ਦੇ ਐਨੂੰ ਚੜਾ ਲਾ ਮਾੜਾ ਜਿਹਾ ਅਸੀਂ ਉਲਝੇ ਪਏ ਹਾਂ ਸਾਨੂੰ ਮੰਡੀ ਨਹੀਂ ਸਿਆ ਰਹੀ ਹੁਣ ਫਿਰ ਪਿੱਛੇ ਨੂੰ ਚੱਲੇ ਹਾਂ ਥੋੜ੍ਹਾ ਜਿਹਾ ਅੱਗੇ ਆ ਗਏ ਅਸੀਂ ਦਾਣਾ ਮੰਡੀ ਵੱਲ ਨੂੰ ਇਹਨਾਂ ਦੇ ਵੀ ਚਾਕਰ ਚੁੱਕਰ ਦੇ ਹੁੰਦੇ ਬਹੁਤ ਵਰਗਾ ਵਰਗਾ ਮਾਰਦੇ ਆ ਇਹ ਆਟੋ ਜੇ ਹੋਵੇ ਟਰੈਕਟਰ ਚੱਲਿਆ ਰਾਣੀ ਸੁੰਦਰਾ ਜਿਹਨੇ ਪੰਜ ਖਾਣ ਖਾਣਾ ਉਹਨੂੰ ਸੱਤ ਖਵਾ ਲੈਂਦੀ ਹੈ ਸਿੰਗਲਾ ਮੈਰਿਜ ਪੈਲਸ ਵਾਲੀ ਗਲੀ ਚ ਹੈ ਲਓ ਜੀ ਹੁਣ ਐਂਟਰ ਕੀਤਾ ਆਪਾਂ ਮੇਨ ਮੰਡੀ ਚ ਹੌਲੀ ਚੱਲੀ ਪਹਿਲਾਂ ਲਾ ਲਾ ਦੇਖ ਕੇ ਜੇ ਲਾ ਦੇ ਤੇ ਸ਼ਾਮ ਵੇਖ ਲਾ ਜੇ ਕਿਤੇ ਹੈਗੀ ਕੱਚਾ ਹੀ ਕੱਚਾ ਹੈ ਨਾ ਸਾਰੇ
ਇੱਥੇ ਭਾਲ ਬੋੜ ਕਿਹੜੇ ਬੋੜ ਕੋਲੇ ਫਿਰ ਹੜ ਜਾ ਜੇ ਬਾਹਰ ਖਾਣਾ ਖੋਲੀ ਆਰਡਰ ਬਹੁਤ ਆ ਜੀ ਫਰੀ ਦਾ ਖੜੇ ਆ 963 ਜਿਹੜਾ ਆਪਾਂ ਵੇਖਣਾ ਪਾਣੀ ਹੜਕਦਾ ਆਹ ਆ ਮੈਨੂੰ ਲੱਗਦਾ ਉੱਥੋਂ ਵਾਲਾ ਉਹ ਆ ਇਹ ਬਾਗੇ ਪੁਰਾਣੇ ਵਾਲਾ ਆ ਜਾ ਪੁੱਛ ਗਏ ਬਾਈ ਨੂੰ ਲੱਗਦਾ ਤਾਂ ਬਾਈ ਉਹੀ ਆ ਬਾਈ ਬਾਗੇ ਪੁਰਾਣੇ ਕੋਲੋਂ ਫੋਨ ਤੇ ਤੁਹਾਡੇ ਨਾਲ ਗੱਲ ਹੋਈ ਹੁਣ ਹੀ ਲਾਇਆ ਤੁਹਾਨੂੰ ਆਪਣਾ ਐਡ ਪਾਈ ਸੀ ਤੁਸੀਂ ਟਵਿੱਟਰ ਦੀ ਪੰਜ ਪਚਾਨੇ ਵਾਲੇ ਉਹੀ ਆ ਬਾਈ ਆਵੇ ਹੁਣੇ ਫੋਨ ਲਾਇਆ ਤੁਹਾਨੂੰ 31029 ਵਾਲੇ ਨੰਬਰ ਤੋਂ ਅੱਛਾ ਹੋਰ ਆ ਹਾਂ ਉਹਦਾ ਵੇਖ ਵੀ ਰਾਈਡਰ ਕਰਦੇ ਬਾਈ ਬੰਦਾ ਖੜਾ ਜਮਾਂ ਤਾਜ਼ਾ ਹੀ ਲੱਗਦਾ ਦੂਜੇ ਪਾਸੇ ਆਉਣਗੇ ਪਲੇਟ ਦੀ ਮਿਲਾਉਂਦਾ ਹੋ ਗਿਆ ਬਈ ਠੀਕ ਆ ਕਾਪੀ ਕਰਨੀ ਤਾਂ ਯਾਰ ਨੰਬਰਾਂ ਕਰਨੀ ਤਾਂ ਜਿੰਨਾ ਚਿਰ ਤੂੰ ਰੱਖੀਆਂ ਨੌ ਕਰਾ ਕੇ ਫੇਰ ਵੀ ਆਪਣੀ ਜ਼ਿੰਮੇਦਾਰੀ ਹੋਊ ਨੌ ਤਾਂ ਤੂੰ ਕਰਾਉਣੀ ਕਰਾਉਣਾ ਜਿੰਨਾ ਚਿਰ ਤੂੰ ਕੰਮ ਨਹੀਂ ਬਿੱਟਿੰਗ ਉਹਨਾਂ ਜਲਦੀ ਜ਼ਿੰਮੇਦਾਰੀ ਲਓ ਜੀ ਇਹਦਾ ਤਾਂ ਸੌਦਾ ਹੋ ਗਿਆ ਕੋਈ ਚੱਕਰੀ ਆਹ ਲੈ ਚੱਲ ਵੇਖੀ ਸੁਪਰ ਸੀਡਰ ਨੂੰ ਮਾਰਦਾ ਚਲਾ ਚਲਾ ਕੇ ਸੁਪਰ ਸੀਡਰ ਇਹਨੂੰ ਮਾਰੂ ਚਲਾ ਚਲਾ ਆਹ ਖੜੇ ਇਹਦਾ ਕਿ ਨਹੀਂ ਹੋਰ ਮਗਰੋਂ ਕਰਕੇ ਲੱਗਿਆ ਆਪਣੇ ਵੇਖੀ ਆਪਣਾ ਆਹ ਖੜਾ ਆਪਣੇ ਵਾਲਾ ਇੱਥੇ ਲਿਆ ਕੇ ਰੋਕੀ ਬੈਠੇ ਆ ਕਿੰਨਾ ਰੇਟ ਪਾਇਆ ਅੱਜ 5-25 ਰੇਹ ਨਾਲ ਟਰੈਕਟਰ ਆ ਜਾਵਾਂ
2019 36 अपने बंदे किसे है ट्रैक्टर नूं सुन्ना छड्ड के पता नहीं किधर ओह बैठे उधर सौदा कराई जांदे आ दिखाउणे आ तुहानूं लाइव सौदा चल रहा हां सुन्नी छड्ड के कित्थे वेखदी अगला जे कोंदा अगला चुप करके गांह ओह तुर जांदा तेरी बनावांगे आसरे दा व्यापारी है ਇਹ ਕਾ ਉਹ ਖੜਾ ਨਤਰ ਉਹ ਵੇਗਿਆ ਤਰਾ ਤਲਵੰਡੀ ਵਾਲਾ ਉਹ ਖੜਾ ਨਤਰ ਜਿਹੜਾ ਉਹਦੇ ਤੋਂ ਵੇਂਦਾ ਸੀ 21 ਮਰਲਾ ਹਾਂ ਰੰਗ ਸਾਰਾ ਤਾਂ ਨਹੀਂ ਮਗਰਾੜ ਮਗਰੂੜ ਹੋਈ ਉਹ ਚੱਟ ਦੇ ਸਿੱਖਾ ਬਣਾਉਂਦੇ ਉਹਦਾ ਮਰਦਾ ਉਹਨੂੰ ਇੱਕ ਗਿਆਨੀ ਆ ਸੀ ਬੜਾ ਆ ਵਿਚਾਰਾ ਕਿੰਨੇ ਦਾ ਪਤਾ ਨਹੀਂ ਕਿੰਨੇ ਦਾ ਹੁਣ ਉਹਦੇ ਸੰਦਾ ਹੋ ਗਿਆ 9 ਲੀਟਰ 33 ਦਾ ਭਾਂ ਤੋਂ ਧੂੰ ਹੀ ਮਾਂ ਮਾਂ ਕਰਨੇ ਰੋ ਉਹ ਤਾਂ ਆ ਕੇ ਮੈਨੂੰ ਇਹ ਕਿਵੇਂ ਜਾ ਕੇ ਰੱਖ ਲੋ ਜੀ ਹੁਣ ਲੈਣਾ ਮੈਂ ਕਿਹਾ ਨਹੀਂ ਲੈਣਾ फिर पांच पावर ने कीजूगा ਲੈਣਾ ਤਾਂ 65 ਲੈ ਘੱਟੋ ਘੱਟ ਉਹਨੂੰ ਮੇਰੀ ਗੱਲ ਸੁਣੋ ਲੈ ਜਾਗੇ ਪਰ ਉਹ ਭੁੱਲ ਗਏ ਕਹਿੰਦਾ 5 ਵੀ ਨਹੀਂ ਲੈਟਰ ਵਿਕਦਾ ਨਹੀਂ ਆਏ ਪੱਥੋਂ ਇਹਨੇ ਮਰਜੀ ਮੰਨੇ ਦਾ ਖੜੇ ਸੀ ਕੌਣ ਆਦਾ ਇੱਕ ਦਲਾਲ ਆ ਸੁਣੋ ਓ ਯਾਰ ਇਹਨਾਂ ਨੂੰ ਕੀ ਪਤਾ ਉਹ ਰੇਟ ਸਦਾਬਾਰ ਇਹ ਚੀਜ਼ ਨਾ ਹੋਰ ਚੀਜ਼ ਹੈ ਸਦਾਬਾਰ ਕਰੇ ਖੜਾ ਹੈ ਉਹਦੇ ਲਾ ਦੇ ਟਰਬੋ 20,000 ਸਪੈਸ਼ਲ ਦੀ ਅਸੀਂ ਨੂੰ 963 ਆ 54.5 ਆ ਵੇਖ ਲਾ ਰੇਟ ਰੁਕੀ ਆ ਰੇਟ ਵੀ ਹੋ ਜਾਊਗਾ ਸਾਰਾ ਹੈਗਾ ਦਾ ਹੋਰ ਕਿੰਨਾ ਚਾਹੀਦਾ ਤੁਹਾਨੂੰ ਸਲੈਂਸਰ ਦੂਜਾ ਦਾ ਹਾਂ ਨੋਰਮਲ ਆ ਹੁੰਦਾ ਤੇ ਟੋਪ ਆਇਆ ਹੁੰਦਾ ਲਾਇਆ ਹੋਇਆ ਸੀਟ ਵੀ ਇਹਦਾ ਕਾਰ ਵਾਲੀ ਲਾ ਰੱਖੀ ਆ ਅੱਜ ਜੇ ਦਾ ਘੈਂਟ ਦੇ ਦਿਆਂ ਹਨਾ ਆਹ ਚੱਲੇ ਹੋਏ ਲੈ ਕੇ ਉਹ ਆਹ ਟਰੈਕਟਰ ਦੇਖਿਆ ਸੀ ਅਸੀਂ ਤਲਵੰਡੀ ਦੇ ਤਾਈ ਇਹਦੇ ਨਾਲ ਗੱਲ ਬਣੀ ਟਰੈਕਟਰ ਸੋਹਣਾ ਬਹੁਤ ਪਿਆ ਚੱਲਾ ਸੋਹਣਾ ਹੀ ਹੈ ਉਹ ਚ ਕੁਛ ਨਹੀਂ ਟਰੈਕਟਰ ਦੇ ਉਹ ਚਾਕਦਾ ਹੋ ਗਿਆ ਕੱਲ ਦਾ ਸਿੱਧਾ ਉਹ ਦੰਦਾਂ ਦਾ ਯਾਰ ਹਾਂ ਕਿਵੇਂ ਆ ਬੱਚੋ ਜਿਆ ਮੈਂ ਕਹਾਂ
ਬੁਰਸ ਤਾਂ ਵੱਜਿਆ ਹੀ ਆ ਮਾੜਾ ਮੋਟਾ ਤਾਂ ਰੰਗ ਪਤੰਗ ਮਿਲੂਗਾ ਜੀ ਇਹਦਾ ਏਜੰਸੀ ਚੋਂ ਮਿਲੂਗਾ ਨਵਾਂ ਤਾਂ ਗੱਲ ਹੈ ਜਾਂ ਦਵਾ ਦਿਓ ਇਹਨੂੰ 2016 5 40 ਕਿੱਥੇ ਖੜਾ ਕਿੱਧਰ ਗਿਆ ਹਰਜੀਤ ਕਿੱਧਰ ਇੱਧਰ ਆ ਜਾਓ ਆਹ 56-20 ਲੱਗਦਾ ਅਡੀਸ਼ਨ 2021 8-75 ਤੁਹਾਡੀ ਭੈਣ ਨੂੰ ਆ ਜਾਓ ਅਡੀਸ਼ਨ ਲੈਂਦਾ ਨਹੀਂ ਨਾ ਕੋਈ ਤਾਂ ਹੀ ਖੜੇ ਆ ਵਾਲੇ ਜਦੋਂ ਲੈ ਆਉਂਦਾ ਐ ਲਾ ਲੈਂਦਾ ਨਾ ਉਹ ਲੈਂਦਾ ਤੇਰੇ ਸਾਹਮਣੇ ਹੁੰਦੇ ਹੋਣਗੇ ਐ ਪੜਾਕੇ ਪਏ ਹੱਥ ਨੇ 4-5 ਲੀਟਰ ਵਿਖਿਆ ਭੈਣ ਜੀ ਉਹ ਖੜਾ ਤੇਰੇ ਟੱਕ ਖੜ ਦਿਓ ਜੇ ਨਾ ਜਾਓ ਕੋਲ ਉਹਨਾਂ ਨੂੰ ਵੇਖ ਲੈਣ ਦੇ ਕਾਕਾ ਜੀ ਹੈਗਾ ਹੀ ਆ ਘਰੇ ਟਰੈਕਟਰ ਵੀ ਤੂੰ ਭਾਂਜੀ ਘਰੇ ਖੜਾ ਘੋੜੇ ਵਰਗਾ ਟਰੈਕਟਰ ਤੂੰ ਘਰੇ ਖੜਾ ਹੋਣਾ ਤੂੰ ਚੀਜ਼ ਸੋਹਣੀ ਲੱਗੇ ਸਾਲੀ ਘਾਟਾ ਨੀ ਘਾਟਾ ਨੀ ਕਹਿੰਦੀ ਜੀ ਇਹ ਟਾਇਰ ਹਾਂ ਕੀ ਦੇ ਚੌੜਾਈ ਤਾਂ 16 ਹੀ ਰਹਿਣੀ ਇਹਦੀ ਗੇਅਰ ਦੇ ਹਾਈ ਆ ਥੋੜੇ ਹਾਈ ਸਪੀਡ ਹੁੰਦਾ ਇਹ ਕਰਕੇ ਵੇਖ ਲਓ ਸਟਾਰਟ ਮਨ ਚ ਨਿਆ ਰਵੇ ਤੁਹਾਡੇ ਠੰਡਾ ਰਹਿਣ ਦੇ ਪੜਾਕਾ ਹੀ ਹੈ ਊਈ ਠੰਡਾ ਬੈਠ ਦਾ ਉਹ ਨੌਨ ਟਰਬੋ ਆ ਫਿਰ ਇਹਦਾ ਫਰਕ ਤਾਂ ਹੁੰਦਾ ਹੀ ਆ ਤੇ ਟਰਬੋ ਆ ਪੰਦਰਾਂ ਸਪੀਡ ਵੀ ਆ ਵਾ ਨਾਲੇ ਲੰਮਾ ਉੱਤੇ ਬਹਿ ਕੇ ਵੇਖੇ ਤੇ ਕਿਤੇ ਨਹੀਂ ਫਰਕ ਆ 16 ਦੇ ਟਾਇਰ ਲੰਮੇ ਤਾਂ ਇੰਨੇ ਹੀ ਆ ਕਿਵੇਂ ਕਰਦੇ ਨੇ 2 ਸਾਲ ਹੋ ਗਏ 2 ਸਾਲਾਂ 'ਚ ਫਰਕ ਤਾਂ ਪੈਂਦਾ ਹੀ ਹੈ ਆਹ ਕਿਵੇਂ ਜਿਹਾ ਹੋਇਆ ਪਿਆ ਟਾਇਰ ਉਹ ਖੜਕਣਾ ਕੰਡੀ ਵਾਂਗੂ ਭੈਣ ਚੋ ਦੇਖਿਆ ਲੋਕ ਲੈਂਦੇ ਆ ਨਾ 900 ਰੇਟ ਪੂਰੇ ਸਾਰੇ ਹੈ ਨਾ ਧੂਆਂ ਵਾਲਾ ਮਰੀ ਜਾਂਦਾ ਲੈ ਲਓ ਨਾ ਭਗਾਈ ਕਰੋ
ਉਹ ਲੈ ਲਗੇ 21 ਮਾਡਲ ਉੱਨੀ ਹੈਗਾ ਕਿਹੜਾ ਉਹ ਜਿਹੜਾ ਜਿਹੜਾ ਹੁਣ ਵੇਖ ਕੇ ਛੱਡ ਗਏ ਉਹਦੀ ਆਵਾਜ਼ ਇਹਦੇ ਨਾਲੋਂ ਘੈਂਟ ਆ ਇਹਦੇ ਨਾਲੋਂ ਚੰਗੀ ਆ ਉਹਦੀ ਧੂੰਆਂ ਵੀ ਹੈਣੀ ਹਾਂ ਉਹ ਧੂੰਆਂ ਵੀ ਹੈਣੀ ਉਹਦਾ ਇਹਦਾ ਟਰੈਕਟਰ ਜ਼ਿਆਦਾ ਚੱਲਿਆ ਆ ਜਾਓ ਨਹੀਂ ਇਹ ਵੀ ਪਸੰਦ ਨਹੀਂ ਆਇਆ ਸਾਡੇ ਟਰਾਈ ਲੋਕਾਂ ਨੇ ਲਈ ਆ ਸਿਲੈਕਟ ਅਸੀਂ ਕਰ ਲਿਆ 21 ਮਾਡਲ 770 ਇਹਦਾ 69 ਆ ਓਏ ਮਾਡਲ 21 ਹੈ ਪੋਲਾ ਪੋਲਾ ਦਾ ਟਰਬੋ ਆ ਫਿਰ ਥੋੜ੍ਹਾ ਜਿਹਾ ਫਰਕ ਪੈਂਦਾ ਹੀ ਆ ਉਹਦੇ ਨਾਲ ਕਰੋ ਗੱਲ ਯਾਰ ਇਹ ਚੰਗਾ ਉਹਦੇ ਨਾਲ ਉਹ ਰੰਗ ਜ਼ਿਆਦਾ ਹੈ ਡੈਮੋ ਵਾਲਾ ਤਾਂ ਠੀਕ ਆ ਡੈਮੋ ਵਾਲਾ ਤਾਂ ਰੰਗ ਰੁੰਗ ਦਾ ਮਾੜਾ ਮੋਟਾ ਲਿਆ ਉਹਦਾ ਪਰ ਸ਼ੋ ਮੰਗਰਾਟ ਤੋਂ ਨਹੀਂ ਉਵੇਂ ਓਰਿਜਨਲ ਆ ਸਾਰਾ ਸ਼ੋ ਮੰਗਰਾਟ ਤੋਂ ਨਹੀਂ ਉਵੇਂ ਓਰਿਜਨਲ ਆ ਹਾਂ ਇਹਦਾ ਟਰਬੋ ਆ ਯਾਰ ਧੂੰਆਂ ਇਹ ਮਾਰਦਾ ਕਿਹੜਾ ਮਿੱਟੀ ਬਹੁਤ ਹੈ ਯਾਰ ਨਾ ਕਿੱਥੇ ਆ ਬਾਈ ਇਹਦੇ ਵਾਲਾ ਬਾਈ ਜੀ ਤਰੇਟ ਵਾਲਾ ਕਿਹੜਾ ਆਇਓ ਮਾੜਾ ਵੇਖੀਏ ਟਰਾਈ ਲੈ ਕੇ ਦੀ ਲਓ ਜੀ ਟਰਾਈ ਲੈਣ ਲੱਗਿਆਂ ਦੀ ਆਪਾਂ ਆਇਓ ਓਏ ਜਮਾ ਉਹੀ ਚੀਜ਼ ਹੈ ਜਮਾ ਉਹੀ ਚੀਜ਼ ਹੈ ਜਿਹੜਾ ਉਹਦਾ ਵਿਚਾਰਾ ਬਸ ਆਹ ਕੰਡੀਸ਼ਨ ਆ ਯਾਰ ਸੇਮ ਉਹਦੀ ਉਹਦੇ ਛਤਰੀ ਦੂਜੀ ਲੱਗੀ ਆ ਅਤੇ ਟਰੈਕਟਰ ਬਸ ਐਂ ਜੀ ਆ ਉਹ 19-20 ਦਾ ਫਰਕ ਹੀ ਹੋਊਗਾ ਬੜਾ ਇਹਦਾ ਕੋਈ ਚੱਕਰ ਨਹੀਂ ਹੁੰਦਾ ਲਓ ਜੀ ਇਹਦੀ ਹੁਣ ਟਰਾਈ ਲੈਣ ਲੱਗੇ ਹਾਂ ਆਪਾਂ ਆ ਜਾਓ ਜੀ ਕਿਹਨੇ ਆਉਣਾ ਨਾਲ ਗੇਅਰ ਪਾ ਦਿਓ ਹਾਈ ਜੀ ਗੱਲ ਪੂਰਾ ਕਿੱਧਰ ਦੀ ਆ ਨਾਂਗਾ ਨੂੰਗਾ ਹਾਂ ਤੁਹਾਡੇ ਨਾਲ ਹੋਈ ਸੀ ਆਪਣੀ ਗੱਲ ਕੱਲ ਆਪਣੇ ਜਿਹੜਾ ਤੁਹਾਨੂੰ ਕਿਹਾ ਸੀ 16 ਮਾਡਲ ਨਹੀਂ ਦੇਣਾ ਜਿਹੜਾ ਤੁਹਾਨੂੰ ਵਿੱਚ ਤੜਕੇ ਹੋਈ ਸੀਗੇ ਰਾਤ ਹੋਈ ਸੀ ਤੜਕੇ ਹਾਂ ਸ਼ਾਇਦ ਹਾਂਜੀ ਹਾਂਜੀ ਹਰਜੀਤ ਤਾਂ ਆਪਣਾ ਨਰਾਜ ਆ ਇਹਦੇ ਤੋਂ ਚਾਹ ਵੀ ਪੈ ਗਿਆ
ਜਾ ਇਹਦਾ ਹਰ ਪੱਠੇ ਜੇ ਆ ਉਹਦੇ ਗੇਅਰ ਗੁਰਪ ਵਾਲੇ ਗੇਟ ਪੈਂਦੇ ਆ ਉਹਦੇ ਕਿੱਧਰ ਗਿਆ ਉਹ ਹਰਜੀਤ ਦਾ ਓਏ ਮੈਂ ਕਿਹਾ ਉਹਨੂੰ ਆ ਜਾ ਵੇਖਣਾ ਵਾ ਕੰਜ ਦੇ ਕਮਲੇ ਆ ਉਹ ਇਹਦਾ ਉਹਨੂੰ ਸੱਜੀ ਨੇ ਉਹ ਤਿੰਨ ਵਾਰ ਤੱਕ ਕਹਿੰਦਾ ਕਦੇ ਕਦੀ ਪਹਿਲਾਂ ਤੁਹਾਨੂੰ ਕਹੀ ਜਾਂਦੇ ਆ ਤੁਹਾਨੂੰ ਕਹਿੰਦੇ ਤੁਸੀਂ ਐਵੇਂ ਕਹਾ ਫੋਨ ਮਾਰੀ ਅਸਲ ਦਾ ਮਾਣੀ ਹੈਣੀ ਲਓ ਜੀ ਹੁਣ ਆਪਾਂ ਉਹਦੀ ਦਾ ਟਰਾਈ ਲੈ ਜਾਂਦੀ ਆ ਹੁਣ ਆਪਣੇ ਵਾਲੇ ਦੀ ਨਿਗਾਹ ਕਢਵਾਉਣੇ ਇਹਨਾਂ ਨੂੰ ਜੱਸਾ ਵਪਾਰੀ ਡੈਡੀ ਯਾਰਾਂ ਦਾ ਵੀ ਫੋਨ ਆਈ ਜਾਂਦਾ ਘਰੋਂ ਹੈਲੋ ਹੈਲੋ ਹਾਂ ਦੇਖੀ ਜਾਂਦੇ ਹਾਂ ਦੱਸ ਦਿਆਂ ਤੁਹਾਨੂੰ ਦਫ਼ਰ ਤਾਂ ਕਰਾਂਗੇ ਜੀ ਠੀਕ ਹੈ ਲਓ ਜੀ ਆਪਣੇ ਆਪ ਹੀ ਲੈਣ ਲੱਗਿਆ ਟਰਾਈ ਲਓ ਜੀ ਚੱਲੇ ਹੁਣ ਟਰਾਈ ਲੈਣ ਹਾਂ ਉੱਚਾ ਉੱਧਰ ਵੇਖ ਆਉਣੇ ਆਇਆ ਮਾਲ ਆਹ ਵੀ ਡੇਟ ਤਾਂ ਠੀਕ ਆ ਓਏ ਏਦੂ ਵੱਡਾ ਕਿੱਡਾ ਕਾਹ ਖੜਾ ਇਹਦਾ ਨੱਤਰ ਆ ਸੱਚ ਕੀ ਖਾਣਾ ਹੁਣ ਆ ਗਈ ਢਿੱਡ ਮੰਗਦਾ ਕੋ ਖਾਣਾ ਕੀ ਦੱਸ ਲਿਆ ਰੋਟੀਆਂ ਹੀ ਲਿਆ ਦਾਲ ਇਹਨਾਂ ਤੋਂ ਪਵਾਲਾ ਦਾਲ ਪਵਾਲਾ ਤੋਂ ਨਾਗ ਨੀ ਪਾਉਂਦੀ ਆ ਖੋ ਟਰੈਕਟਰ ਨਾਲ ਚੱਲ ਆ ਜਾਂਦੇ ਕੋਈ ਨੀ ਉਹ ਤੋਂ ਸਬਜ਼ੀ ਲੈ ਲੈਂਦੇ ਆਪਾਂ ਆ ਕਿਵੇਂ ਹੋਏ ਘੋੜਾ ਸਾਡੇ ਪਿੰਡ ਹੈਗਾ ਬੱਲੂ ਸੋਹਣਾ ਰਾਈਡਰ ਬਹੁਤ ਯਾਰ ਹੈਵੀ ਵੇ ਬੜਾ ਲੋਹਾ ਲੱਗਿਆ ਇਹਦੀ ਤਾਂ ਹੈਗੀ ਆ ਸੱਠ ਸੱਠ ਦੀ ਘੱਟ ਆ ਥੋੜੀ ਸੱਠ ਪੈਂਠ ਇਹਦਾ ਪਚਵੰਜਾ ਨਹੀਂ ਯਾਰ ਡਰਾਈਵਰ ਬੈਠਣ ਬੂਠਣ ਚੰਗਾ ਵਾ ਉਹਦਾ ਵੇਖ ਜੁਗਾੜ ਲਾਇਆ ਕੋਈ ਇਹ ਕੋਈ ਜੁਗਾੜ ਜਗੂੜ ਲਾਇਆ ਪਿਆ ਨੱਪਿਆ ਕਲੱਚ
ਕੁਰਸੀ ਬਣਾਉਂਦਾ ਇਹ ਬਣਵਾਲਾ ਰੋਟੀਆਂ ਕਿੰਨੀਆਂ ਵਧੀਆ ਰੋਟੀਆਂ ਪੰਗੀਆਂ ਲਓ ਜੀ ਭੁੱਖ ਲੱਗਿਆ ਜੀ ਹੁਣ ਅਸੀਂ ਖਾਣ ਲੱਗੇ ਹਾਂ ਰੱਖ ਲਾ ਓਏ ਕੁਛ ਨੀ ਹੁੰਦਾ ਟਾਇਰ ਤੇ ਰੱਖ ਆ ਲਓ ਜੀ ਹੁਣ ਪੇਟ ਪੂਜਾ ਕਰ ਲਈਏ ਦੂਜੀ ਗੱਲ ਫੇਰ ਕਰਾਂਗੇ ਸੋਹਣੇ ਦਾ ਵੀ ਸਾਡੇ ਬਹੁਤ ਆ ਪਰ ਇਹਦੇ ਨਾਲ ਦਾ ਤਾਂ ਪਹਿਲਾਂ ਹੈਗਾ ਹੀ ਆ ਇਹ ਤਾਂ ਫਿਰ ਕੀ ਕਰਨਾ ਲੈਣਾ ਤਾਂ ਸੁਪਰ ਸੀਟ ਦਾਸਤੇ ਆ ਟਰੈਕਟਰ ਦਾ ਸਾਡਾ ਸੌਦਾ ਹੋ ਨਹੀਂ ਰਿਹਾ ਤੜਕੇ 'ਤੇ ਫਿਰਦੇ ਹਾਂ ਭਕਾਈ ਕਰਦੇ ਉੱਧਰੋਂ ਸੌਦਾ ਇੱਕ ਨਾ ਜਚਿਆ ਸੀ ਤਰੇਟ ਵਾਲੇ ਨਾਲ ਉਹ ਆਟੇ ਦਾ ਸ਼ੀਂਹ ਬਣ ਗਿਆ ਦਿੰਦਾ ਨਹੀਂ ਹੁਣ ਆਹ ਦੇਖਣ ਲੱਗਿਆ 7/62 ਮਾਡਲ ਆਪਣਾ ਹੀ ਡੇਡਰ ਸਹੀ ਆ ਗੱਲ ਸਹੀ ਗੱਲ ਵੈਸੇ ਤਾਂ ਨਿਊਡਲ ਚ ਵੈਸੇ ਨਿਊਡਲ ਕਿਹੜੇ ਬਣਾਉਣੇ ਤਾਂ ਹੁੰਦੇ ਹੀ ਨਹੀਂ ਵੈਸੇ ਹਾਂਜੀ ਟਰੈਕਟਰ ਦਾ ਸੌਦਾ ਨਹੀਂ ਹੋਇਆ ਬਸ ਜਿਹੜੀ ਚੀਜ਼ ਕਰਮਾ ਬੜਾ ਨਹੀਂ ਮਿਲਦੀ ਹੁਣ ਤੁਰਨ ਲੱਗੇ ਹਾਂ ਪਿੰਡ ਨੂੰ ਚੱਲ ਪਏ ਆਪਣੇ ਬੰਦੇ ਉਹ ਜੱਸੇ ਪੁੱਛਿਆ ਇੱਕ ਵਾਰੀ ਯਾਰ ਹੈਂ ਨਹੀਂ ਪੁੱਛਿਆ ਕੁਛ ਨਹੀਂ ਉਹਦਾ ਜਾ ਪੁੱਛ ਗਿਆ ਇੱਕ ਵਾਰੀ ਜਾ ਮਾਮਾ ਬਣ ਕੇ ਇੱਕ ਵਾਰੀ ਪੁੱਛਿਆ ਕੁਛ ਨਹੀਂ ਉਹਦਾ ਯਾਰ ਤੂੰ ਸਾਂਝਾ ਬੰਦਾ ਤੈਨੂੰ ਫਾਇਦਾ ਕੀ ਲਿਆਉਂਦਾ ਜਾ ਹੁਣ ਕਿਹਾ ਅਸੀਂ ਤੁਰ ਬਾਈ ਸਾਡਾ ਟਰੈਕਟਰ ਤੁਰਦਾ ਵੀ ਅਸੀਂ ਤੁਰਨ ਲੱਗੇ ਹਾਂ ਦੱਸ ਕੋਈ ਹੈ ਮਨ ਜਾ ਕੀ ਚੱਲ ਜਾ ਕਿਤੇ ਮੈਨੂੰ ਤਾਂ ਫਿਰ ਚੱਲ ਇੱਥੇ ਉੱਥੇ ਨੂੰ ਕੀ ਆ ਉਹਦਾ ਟਰੈਕਟਰ ਬਥੇਰੇ ਟਰੈਕਟਰ ਹੀ ਲਾਇਆ ਸਾਨੂੰ ਵਾਟ ਵਾਹਵਾ ਸੀ ਹੋਰ ਨੀ ਗੱਲ ਪੂਰੀ ਲਾ ਲਾ ਸਾਹਮਣੇ ਖੰਡਰਾ ਕਰਦੇ ਹੁੰਦੇ ਥੋੜਾ ਚੌਲਾਂ ਨਾਲ ਹੋਈ ਜਾਂਦਾ ਨਹੀਂ ਨਹੀਂ ਅਸੀਂ ਤਾਂ ਭਾਵਾਂ ਸਾਡਾ ਚੌਲਾਂ ਵੀ ਪਿਆ ਭਾਵਾਂ ਖੰਡ ਚੌਲਾਂ ਦੋਨਾਂ ਨਾਲ ਇਹਦੇ ਏਜੰਸੀ 'ਚ ਜਾਣਾ ਸੀ ਹੁਣ ਉਹੀ ਗੱਲ ਆ ਨਾ ਤੂੰ ਦੇਖ ਜੇ ਤੈਨੂੰ ਨਵਾਂ ਚੰਗਲਾ ਵੀ ਨਵਾਂ ਲੈ ਲਾ ਇਹ ਆਪਣਾ ਕੋਈ ਸੌਦਾ ਤਾਂ ਪਿਆਰ ਦਾ ਪਿਆਰ ਦਾ ਹੈ ਨਾ ਜੇ ਤੇਰੇ ਕਰਮਾਂ 'ਚ ਇਹ ਹੋਇਆ ਇਹ ਜਾਊਗਾ ਜੇ ਤੇਰੇ ਕਰਮਾਂ 'ਚ ਨਵਾਂ ਹੋਇਆ ਚਾਹੇ ਆਪਾਂ ਲੱਖ ਜ਼ੋਰ ਲਾ ਲਈਏ ਸਹੀ ਗੱਲ ਆ ਉਹਦੀ ਗੱਲ ਇਹਨੂੰ ਕਹੇ ਮਾੜਾ ਤੁਸੀਂ ਕਾਲੀ ਪੈ ਰਹੇ ਹੋ ਮੇਰੀ ਗੱਲ ਸੁਣ ਲਾ ਠੰਡੇ ਦਿਮਾਗ ਨਾਲ ਸੋਚਿਆ ਵੀ ਇਹਦਾ ਟਾਇਰਾਂ ਦਾ ਤੇਰਾ ਟਰੈਕਟਰ ਦਾ ਉਹਦਾ ਕਿੰਨਾ ਫਰਕ ਆ ਤੂੰ ਐ ਐ ਨਾ ਕਰ ਉਹ ਤਾਂ ਚਲੋ ਆਪਾਂ ਖਰਚ ਕਰਕੇ ਪੈਸੇ ਵਿੱਚ ਪਾਈ ਜਾਂਦੇ ਆ ਸਮਝ ਨਹੀਂ ਛੋਟੇ ਭਾਈ ਮੈਂ ਸਮਝ ਗਿਆ ਤੁਹਾਡੀ ਗੱਲ ਵੀ ਕਿੰਨਾ ਆਪਾਂ ਮਾਡਲ ਦਰਸਾ ਕਰੀਏ ਥੋੜਾ ਜਿਹਾ ਠੰਡ 2 ਮਿੰਟ ਬਹਿ ਜਾ ਉੱਥੇ ਤੇਰਾ ਦਿਮਾਗ ਉਹਦੀ ਖੁੱਲ ਜੂ ਆਹ ਗੱਲ ਆ ਮੈਂ ਨਹੀਂ ਤੈਨੂੰ ਕਹਦਾ ਵੀ ਥੋੜਾ ਜਿਹਾ ਪੂਰਾ ਸੋਚ ਲਾ ਵੀ ਐਂ ਕਰਕੇ ਜਰਾ ਆਪਾਂ ਇੰਨੇ ਟਾਇਰਾਂ ਦੇ ਕੱਢ ਲਈਏ ਇੰਨੇ ਮਾਡਲ ਦੇ ਕੱਢ ਲਈਏ ਇੰਨੇ 3 ਸਪੀਡ ਦੇ ਕੱਢ ਲਈਏ
ਜੇ ਤੇਰਾ ਕਹੇ ਤੂੰ ਕਹੇਗਾ ਸਲੇ ਸਸਤਾ ਲੈ ਕੱਟ ਸਰ ਕੱਟ ਸਾਈ ਲੈ ਦੇਉ ਸਾਈ ਯਾਰ ਲੈ ਕੇ ਪਰੇ ਸਾਬੇ ਕੀ ਗੱਲ ਆ ਹੁਣ ਫੈਸਲਾ ਹੋ ਜਾਂਦਾ ਪੂਰੇ ਹੋ ਗਿਆ ਆ ਉਰੇ ਖੜ ਜਾ ਤਾਂ ਬਾਗ ਗਿਆ ਪਰੇ ਬਸ ਦੱਸ ਦਿੱਤਾ ਤੁਹਾਨੂੰ 55 ਗਿਆ ਸੀ ਤੁਹਾਨੂੰ 55,000 ਰੁਪਏ ਲਾਇਆ ਆਪਾਂ ਠੀਕ ਹੈ ਗੱਲ ਅਸੀਂ ਕਿਹੜਾ ਕੋਈ ਮੁੱਕਰਦੇ ਆ ਨਹੀਂ 55 ਮੈਨੂੰ ਨਹੀਂ ਤੁਸੀਂ ਲਾਇਆ 55 ਲਾਇਆ ਤੁਸੀਂ 51 ਹੀ ਲਾਇਆ ਸੀ ਗਾਹਾਂ 55 ਲਾਇਆ ਤੈਨੂੰ ਕੀ ਬੜਾ ਝੂਠ ਬੋਲਣ ਦੀ ਆ ਆ ਬਾਈ ਇਹਦੇ ਸਾਹਮਣੇ ਹੀ ਲਾਇਆ 55 ਤੇ ਤੁਹਾਡੀ ਦਲਾਲੀ ਕਿੰਨੀ ਹੋਊਗੀ ਲੱਖ 10,000 ਨਹੀਂ ਉੱਕਾ ਪੁੱਕਾ ਹੀ ਦੱਸ ਦਿਓ ਤੁਸੀਂ ਉੱਕਾ ਪੁੱਕਾ ਤੋਂ 5,000 ਰੁਪਏ ਦੇ ਦੀਏ ਹਜ਼ਾਰ ਖੰਡ ਨਾ ਹੁੰਦਾ ਠੀਕ ਆ ਫਿਰ ਕਰ ਦੋ ਇੰਨੀਆਂ ਕਿਰਸਾਂ ਨਾ ਕਰੋ ਟਰੈਕਟਰ ਜਹਾਜ਼ ਜਿੱਦਾਂ ਲੈ ਰਹੇ ਹੋ ਤੁਸੀਂ ਨਹੀਂ ਆਪਣਾ ਵੀ ਕੋਈ ਇਹ ਤਾਂ ਨਹੀਂ ਵੀ ਟਰੈਕਟਰ ਇਹ ਵੀ ਘੋੜਾ ਕਰ ਆਪਾਂ ਤਾਂ ਕਿਹਾ ਨਹੀਂ ਬਾਈ ਵਿਗਰੀ ਆ ਟਰੈਕਟਰ ਦੀ ਠੀਕ ਆ ਆਪਾਂ 6,00,000 ਰੁਪਏ ਦਾ ਲਾਤਾ ਪਿੱਛੇ ਕੀ ਰਹਿ ਗਿਆ ਬਾਈ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਰਿਹਾ ਜੇ ਹੁਣ ਉਹ ਵਹਿਮ ਕਰਦਾ ਤੇ ਹੁਣ ਵਹਿਮ ਤਾਂ ਆਪਾਂ ਨੂੰ ਵੀ ਉਰਲੇ ਪਾਸੇ ਵਾਲੇ ਉਹਦੀ ਸਾਰੀ ਟੂਬ ਖੁੱਲ ਕੇ ਦੁਬਾਰੇ ਸਾਨੂੰ ਕੀ ਪਤਾ ਅੰਦਰ ਕੀ ਹੋਇਆ ਉਹਦਾ ਗੱਲਾਂ ਵਹਿਮ ਕਰਨ ਦੀਆਂ ਭਾਵੇਂ ਕੁਛ ਵੀ ਆ ਆਪਾਂ ਵਹਿਮ ਨਹੀਂ ਨਾ ਕਰਦੇ ਬਾਹਰ ਚੱਕਣ ਲੱਗੇ ਫਿਰ ਆਇਆ ਕੀਤੇ ਦੇਖਦੇ ਆ ਹਾਂ ਚਲੋ ਆ ਜਾਓ ਰੰਗ ਰੁੰਗ ਦਾ ਹੁਣ ਵੱਜਿਆ ਹੀ ਹੁਣ ਆਪਾਂ ਕੀ ਕਹਿ ਦਈਏ ਵੀ ਰੰਗ ਤਾਂ ਅਗਲਾ ਮਾਰਦਾ ਹੀ ਆ ਕੋਈ ਰੰਗ ਤਾਂ ਸਾਰੇ ਹੀ ਮਾਰਦੇ ਆ ਸੈਂਸਰ ਉਹ ਹੀ ਹੋਣਾ ਕੋਈ ਲੋੜ ਦਾ ਰੇਸ ਲੈਂਦਾ ਨਹੀਂ ਸੈਂਸਰ ਹੁੰਦਾ ਇਹ ਸਾਰੇ ਮਾਰ ਕੇ 19 ਦੇ ਕਾਪੀ 20 ਦੀ ਆ ਰੇਸ ਦਾ ਸਿਸਟਮ ਲੱਗਿਆ ਨਾ 960 ਦੇ ਨਾ ਇਹਦੇ ਵੀ ਨਾ ਤਾਂ ਤਰੇ ਜੀ ਇਹ ਤਾਂ ਨੰਬਰ ਦਾ ਨਹੀਂ ਆਉਂਦਾ ਦੇਖੋ ਕੋਈ ਗੱਲ ਹੁਣ ਤੁਸੀਂ ਰੋਕ ਕੇ ਖੜ ਗਏ ਯਾਰ ਕੋਈ ਗੱਲ ਦੱਸੋ ਯਾਰ ਜਿਹੜਾ ਹੈਗਾ ਰੋਕ ਮੈਂ ਉਹ ਵੀ ਕਹਦਾ ਮੈਂ ਕੋਈ ਡੰਡੇ ਦਾ ਡੈਕ ਵੀ ਲਾ ਲਿਓ ਡੰਡੇ ਦਾ ਦੇ ਦਾ ਅੱਛਾ ਡੰਡੇ ਦਾ ਲੈਣੇ ਹੈ ਨਾ ਕਰ ਲੋ ਕੀ ਚੱਕ ਕਰਨਾ ਪਹਿਲਾਂ ਫਿਰ ਗੱਲ ਕਰ ਖੜ ਜਾ ਮੈਂ ਦੇਖ ਲੈਂਦੇ ਪਹਿਲਾਂ ਤਸੱਲੀ ਕਰ ਲੈਂਦੇ ਸਣੇ ਦਲਾਲੀ ਸਣੇ ਦਲਾਲੀ ਪੂਰੇ ਕਰਦੇ ਗੀਤਾ ਕਿਧਰ ਗਿਆ ਗਰਮੇਜ ਸਿੰਘ ਦੇ ਨਾਲ ਭਰ ਦੋ ਜੀ
ਠੀਕ ਆ ਠੀਕ ਆ ਬਾ ਹਰਜੀਤ ਸਿੰਘ ਭਰਦਾ ਤਬਾਦਲਾ ਤਬਾਦਲਾ ਜੀ ਤੁਰਨ ਲੱਗਿਆ ਨੇ ਤੁਹਾਨੂੰ ਤਾਂ ਹੀ ਪੁੱਛ ਲਿਆ ਵਾ ਚਲੋ ਨਜ਼ਾਰੇ ਹੀ ਚਾਹੀਦੇ ਫੱਟੀ ਹੈ ਨੀ ਜੀ ਤੁਹਾਨੂੰ ਕਹਿ ਦਿੱਤਾ ਫੱਟੀ ਚੱਕ ਲਈ ਕਿਸੇ ਨੇ ਨਾ ਬਾਹਰ ਰਹਿ ਗਈ ਸੀ ਆਧਾਰ ਕਾਰਡ ਦੇ ਹਰਜੀਤ ਮੇਰੇ ਕੋਲ ਹੈ ਨੀ ਲੈ ਹੁਣ ਸੁਪਰ ਸੀਡਰ ਦੇ ਗਾਹ ਪਾ ਦੇ ਇਹ ਹੁਣ ਲਿਫਟ ਪੰਪ ਲੱਗੇ ਲਓ ਇਹ ਲੈ ਝੋਟਾ ਆਪਾਂ ਚਲ ਫੜੋ ਚਾਬੀ ਫੜੋ ਇਹ ਚ ਵੀ ਕਰਨੀ ਮੈਂ ਇੱਧਰ ਖੜਾ ਇੱਧਰ ਖੜਾ ਮੈਂ ਪ੍ਰਧਾਨ ਲਓ ਵੀ ਮਿਹਨਤ ਕੀਤੀ ਰਾਸ ਆ ਜੇ ਆਪਣਾ ਟਰੈਕਟਰ ਤਾਂ ਚਲੋ ਮਿਲ ਗਿਆ ਆਪਾਂ ਨੂੰ ਤੁਰ ਪਏ ਆਪਣੇ ਬੰਦੇ ਆਪਾਂ ਵੀ ਚੱਲ ਗਏ ਟਾਈਮ ਕਾਫੀ ਹੋ ਗਿਆ ਆ ਲੈ ਲਿਆ ਝੋਟਾ ਆਪਾਂ ਬਾਬਾ ਵਿਸ਼ਵਕਰਮਾ ਮਿਹਰਪੁਰ ਹੱਥ ਕੱਢ ਲਈ ਓਏ ਲਓ ਜੀ ਇਹ ਆ ਗਿਆ ਸਲਾਵਤਪੁਰੇ ਦਾ ਡੇਰਾ ਰੌਣਕ ਫੁੱਲ ਹੈ ਕੰਪਿਊਟਰ ਕਰਾ ਵਗੈਰਾ ਲਾ ਰੱਖੇ ਆ ਪਤਾ ਨਹੀਂ ਕੀ ਲਾਉਣਾ ਹੁਣ ਹੁਣ ਤਿਆਰੀ ਇਹਨਾਂ ਦੀ ਕੀ ਲਾਉਣਗੇ ਹੁਣ ਇੱਥੇ ਸਬਜ਼ੀ ਭਿੰਡੀ ਇੱਧਰ ਗੋਭੀ ਲੱਗੂਗੀ ਅੱਛਾ ਇੱਧਰ ਗੋਭੀ ਲੱਗਣੀ ਜਾਮਣਾ ਇਹਨਾਂ ਥੱਲੇ ਹੋਣਾ ਨਜ਼ਾਰਾ ਗਰਮੀ ਗੁਰਮੀ ਚ ਆ ਲੰਗਰ ਘਰ ਆ ਗਿਆ ਠੀਕ ਹੈ ਲੰਗਰ ਘਰ ਆਪਾਂ ਕਿੱਧਰ ਜਾਣਾ ਇੱਧਰ ਬਾਹਰ ਜਾਮਣਾ ਦੇ ਥੱਲੇ ਯਾਰ ਆ ਜਾਂਦਾ ਨਜ਼ਾਰਾ ਹਨਾ ਇੱਥੋਂ ਲੈ ਕੇ ਦੇ ਦਿੰਦੇ ਆ ਕਿ ਇੱਥੇ ਹੈ ਨੀ ਰੌਂਤਾ ਕੇ ਰੌਂਤੇ ਵਾਲਿਆਂ ਨੇ ਦਿੱਤੀਆਂ ਇਹ ਇੱਥੇ ਰੋਕ ਗਏ ਬਹੁਤ ਵਧੀਆ ਰੌਣਕ ਆ ਇਹ ਆ ਗਿਆ ਜੀ ਸ਼ੈੱਡ ਸਲਾਵਤਪੁਰੇ ਦਾ ਪੂਰੀ ਰੌਣਕ ਆ ਜਿੰਨੀ ਕਹਿ ਦਈਏ ਚਾਰ ਦੀਵਾਰੀ ਹੋਈ ਆ ਚਾਰੇ ਪਾਸਿਆਂ ਤੋਂ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਇੱਥੇ ਸਾਹਮਣੇ ਸਤਸੰਗ ਹੁੰਦੀ ਆ ਜਦੋਂ ਇੱਧਰ ਜਿਵੇਂ ਆਪਣੇ
ਕਮਰੇ ਆ ਗਏ ਜਿਵੇਂ ਕੋਈ ਪ੍ਰਬੰਧਕਾਂ ਵਗੈਰਾ ਦੇ ਪਾਣੀ ਪੀਏ ਪਹਿਲਾਂ ਮੈਂ ਇੱਥੇ ਫਿਰ ਕੈਮਰਾ ਦੂਜਾ ਹੋ ਜਾਂਦਾ ਨਾ ਅਲਟਰਾ ਵਾਈਡ ਥੋੜਾ ਜਿਹਾ ਹਾਂ ਹਾਂਜੀ ਇਹ ਆ ਗਿਆ ਸ਼ੈੱਡ ਜਿਹੜਾ ਤੁਹਾਨੂੰ ਦਿਖਾਇਆ ਸੀ ਪਹਿਲਾਂ ਇਹ ਰਹਿ ਗਈ ਉੱਪਰ ਤੁਹਾਨੂੰ ਦਿਖਾਉਣੇ ਆ ਇੱਥੇ ਬੀਜਦੇ ਹੁੰਦੇ ਆ ਬੁਰੇ ਬੂਟੇ ਕਾਹਦੇ ਆ ਅੱਛਾ ਉਹ ਪਰੇ ਗੁਫਾ ਹੈ ਹਾਂ ਇੱਧਰ ਕੀ ਚੀਜ਼ ਆ ਇੱਧਰੋਂ ਰਹਿਣ ਨੂੰ ਕਮਰੇ 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 ਰਹਿਣ ਨੂੰ ਮਤਲਬ ਘਾਹ ਲੱਗਿਆ ਪਿਆ ਇੱਧਰ ਤੇ ਉੱਧਰ ਉਹ ਮੋਟਰਾਂ ਲੱਗੀਆਂ ਵਿੱਚ ਹਨਾ ਮੋਟਰਾਂ ਲੱਗੀਆਂ ਚਲੋ ਰੇਤੇ ਨੂੰ ਮਤਲਬ ਮੈਂ ਇਕੱਠਾ ਕਰਕੇ ਉੱਚਾ ਕੀਤਾ ਕਿ ਪਹਿਲਾਂ ਹੀ ਉੱਚਾ ਸੀਗਾ ਜੀ ਹੁਣ ਆਲੇ ਪਤਾ ਜੀ ਕਿੰਨਾ ਉੱਚਾ ਹੋਊ ਇਹ ਸੜਕ ਨੂੰ 20 ਫੁੱਟ ਰਸੋਈ ਆ ਗਈ ਫਿਰ ਪੈਣ ਵਾਲਾ ਲੰਗਰ ਪਾਣੀ ਉੱਥੋਂ ਹੀ ਆਉਣਾ ਕਲਾਸ ਹੋਣੀ ਆ ਇੱਕ ਦੋ ਤਿੰਨ ਚਾਰ ਪੰਜ ਛੇ ਨੌ ਦਸ ਗਿਆਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ 20 ਫੁੱਟ ਤਾਂ ਨਹੀਂ ਉੱਚਾ ਯਾਰ 15 ਕੁ ਹੋਊਗਾ ਇਹ ਆ ਗਈ ਜੀ ਸਟੇਜ
ਨਾ ਵਿਖੇ ਸਟੇਜ ਤੇ ਕੋਈ ਜਿਵੇਂ ਦਾ ਸਟੇਜ ਫਿਰ ਨੇੜੋਂ ਦਿਖਾ ਲੈਂਦੇ ਆਪਾਂ ਸ਼ੈੱਡ ਬਹੁਤ ਘੈਂਟ ਬਣਿਆ ਨਾ ਪੱਖੇ ਹਾਂ ਪੱਖੇ ਥੋੜ੍ਹੇ ਸੰਘਣੇ ਚਾਹੀਦੇ ਹੋਊਗਾ ਛੇ ਸੱਤ ਕਿੱਲਿਆਂ 'ਚ ਤਾਂ ਨਹੀਂ ਇੰਨਾ ਕੀ ਹੋਊਗਾ ਛੇ ਸੱਤ ਕਿੱਲੇ ਹੋਣਗੇ ਕਿ ਜ਼ਿਆਦਾ ਹੋਣਗੇ ਦਸ ਹੋਣਗੇ ਸ਼ੈੱਡ ਸ਼ੈੱਡ ਦਸ ਤਾਂ ਬਾਹਲੇ ਹੋ ਜਾਂਦੇ ਆ ਆ ਗਈ ਜੀ ਸਟੇਜ ਸਲਾਵਤਪੁਰੇ ਦੀ ਸੰਤ ਸ਼ਾਹ ਮਸਤਾਨਾ ਜੀ 1948 ਤੋਂ 1960 ਤੱਕ ਫਿਰ 1960 ਤੋਂ ਲੈ ਕੇ 1990 ਤੱਕ ਸ਼ਾਹ ਮਸਤਾਨਾ ਜੀ ਫਿਰ ਉਸ ਤੋਂ ਬਾਅਦ ਸੰਤ ਡਾਕਟਰ ਗੁਰਮੀਤ ਰਾਮ ਰੀਤ ਸਿੰਘ ਜੀ 1990 ਤੋਂ ਔਨਵਾਰਡ ਚਲੋ ਸਟੇ ਲੈ ਇੱਥੇ ਹੁਣ ਆਪਾਂ ਭੁੱਖ ਲੱਗੇ ਦੁਬਾਰੇ ਬਾਕੀ ਟਰੈਕਟਰ ਲਿਆਉਣ ਪਾਰਟੀ ਸ਼ਾਰਟੀ ਕਰਾਂਗੇ ਲੋਕ ਪਤਾ ਨਹੀਂ ਲਾਤਾ ਸੀ ਕਿ ਨਹੀਂ ਲੱਗ ਗਿਆ ਕੱਢਣਾ ਕੁਛ ਗੱਡੀ ਕੋਲੇ ਹੁਣ ਫੋਟੋ ਫੋਟੋ ਕਰਨੀ ਹੈ ਕਹਿੰਦੇ ਇੱਥੇ ਖੜੀਏ ਫਿਰ ਐਂ ਥੱਲਿਓਂ ਵਿਊ ਐਂ ਕਰਕੇ ਥੱਲਿਓਂ ਬਹਿ ਕੇ ਵਿਊ ਲੈ ਸਾਰਾ ਪਿੱਛੇ ਦਾ ਫੋਟੋ ਫੋਟੋ ਕਰਵਾ ਲਈਏ ਹੁਣ ਹੁਣ ਫੋਟੋ ਫੋਟੋ ਕਰ ਰਹੇ ਤੇ ਇਹ ਆ ਗਿਆ ਆਪਣਾ ਝੋਟਾ ਰਗਾਟ ਪਾਉਂਦਾ ਫਰਕ ਥੋੜ੍ਹਾ ਹੀ ਰਿਹਾ ਲਾਈਟਾਂ ਛੱਪ ਲਈਆਂ ਦਿਨੇ ਹੀ ਦੱਸਿਓ ਫਿਰ ਕਿਵੇਂ ਲੱਗਿਆ ਟਰੈਕਟਰ 963-2020 ਮਾਡਲ ਹੈ ਤੇਲ ਤਾਂ ਖਾਊਗਾ ਹੀ ਜਦੋਂ ਖਿੱਚ ਕੇ ਦੂਜੇ ਪਾਸੇ ਲਾਈ ਬੈਠਾ ਰੇਸ ਲਾਈਟਾਂ ਬੰਦ ਕਰ ਤੇਲ ਐਂ ਥੋੜ੍ਹੇ ਤੇਲ ਤਾਂ ਨਹੀਂ ਪਤਾ ਲੱਗਦਾ ਸੁਪਰ ਸੀਟਰ ਬਣਾਇਆ ਸਪੈਸ਼ਲ ਇਹ ਆ ਚੱਲ ਆ ਜਾ ਹਰਜੀਤ ਯਾਰ ਹਨੇਰਾ ਹੋਈ ਜਾਂਦਾ ਹੈ ਕੀ ਇਹ ਤਾਂ ਪਤਾ ਹੀ ਆ ਇਹ ਤਾਂ ਬਦਲ ਇਹਦਾ ਦੂਜਾ ਲਾਵਾਂਗੇ ਛੋਟਾ ਆਪਾਂ ਚਾਬੀ ਕੱਢ ਲਾ ਦੀ ਨਹੀਂ ਤਾਂ ਉਹ ਅੱਗੇ ਕਰਕੇ ਰੋਕਦੇ ਸਾਹਮਣੇ ਓਏ ਚਲੋ ਹੁਣ ਕਰਨ ਲੱਗੇ ਆ ਪਾਰਟੀ ਸ਼ਾਰਟੀ ਕਿਵੇਂ ਦੁਬਾਰੇ ਆ ਗਏ ਫਿਰ ਉੱਥੇ ਮੰਗਾ ਲਾ ਜਿਹੜਾ ਕੋਈ ਮੰਗਾਉਣਾ ਹੈ
ਠੰਡਾ ਮਸਾਲਾ ਦੇਖੋ ਬਰਫ ਸ਼ਰਬੀ ਐਡੀ ਇੱਧਰ ਹੈਗਾ ਕੁਛ ਮਜ਼ਬੂਤ ਕੁਛ ਹੋਰ ਮੀਨੂ ਬਾਰ ਹੈ ਨਹੀਂ ਤਾਂ ਸਾਹਮਣੇ ਮੀਨੂ ਹੀ ਪਿਆ ਹੋਰ ਕੀ ਆ ਇਹਨਾਂ ਕੋਲ ਹੈ ਨਹੀਂ ਸਟਾਫ ਸਟਾਫ ਕੋਲ ਚ ਕੋਈ ਹੈਗਾ ਸਟਾਫ ਕੋਲ ਚ ਅੰਮ੍ਰਿਤਸਰੀ ਲੱਛਾ ਵੈਜ ਵੈਜ ਸਟਾਫ ਆਵੇ ਇਹਦਾ ਨਾਨ ਹੋ ਗਿਆ ਨਾਨ ਹੋ ਗਿਆ ਨਾਨ ਆਇਆ ਰੋਟੀ ਵਾਲੇ ਆਇਆ ਨਾ ਕਾਫੀ ਲੈ ਲਓ ਯਾਰ ਨਾਲ ਮਿੱਠਾ ਲੈ ਲਓ ਵਾ ਹੈ ਜੇ ਆਹ ਲੈਣਾ ਤਾਂ ਲੈ ਲਾ ਮਸ਼ਰੂਮ ਠੀਕ ਆ ਮਸ਼ਰੂਮ ਵੀ ਠੀਕ ਆ ਪਨੀਰ ਪੀਜ਼ਾ ਵੀ ਹੈਗਾ ਹਾਂ ਸਵਾਦ ਹੁੰਦਾ ਟਮਾਟੋ ਮਸ਼ਰੂਮ ਪਨੀਰ ਮਸ਼ਰੂਮ ਖੁੰਬ ਵਾਲਾ ਜਿਹੜਾ ਕਰਮਾ ਜਾ ਬਹਿ ਗਿਆ ਪਹਿਲਾਂ ਹੀ ਠੀਕ ਆ ਡਰਾਈਵਰ ਦਾ ਕਿੰਨਾ ਪਵਾਇ ਤੇਲ 1500 ਪਹਿਲਾਂ ਉਹ ਲੈ ਪੈਸਾ ਟੁੱਟ ਗਿਆ ਹੁਣ ਆ ਨਵਾਂ ਰੱਖ ਲਿਆ ਲੈਣੇ ਮੈਂ ਕਿਹਾ ਨਵਾਂ ਰੱਖ ਲਿਆ ਆ ਖਿੱਚ ਲਾ ਉਹਨੂੰ ਇੱਥੇ ਖਾ ਪੀ ਕੇ ਆਪਾਂ ਚੱਲਣ ਲੱਗੇ ਹਾਂ ਉਹ ਲੈ ਰਹੇ ਆ ਘਰ ਵਾਸਤੇ ਮਿੱਠਾ ਠੰਡਾ ਸਫਾਈ ਦੀ ਤਾਂ ਤਹਿ ਤੋੜੀ ਪਈ ਹੈ ਕੰਟੀਨ ਸਲਾਵਤਪੁਰਾ ਤੁਹਾਨੂੰ ਦਿਖਦੀ ਨਹੀਂ ਹੋਣੀ ਲਾਈਟ ਚੱਲ ਰਹੀ ਆ ਵਿੱਚ ਆ ਕਿਹਦਾ ਆ ਚਲੋ ਠੀਕ ਆ ਮਿੱਤਰੋ ਹੁਣ ਆਪਾਂ ਵਲੋਗ ਦੀ ਕਰਨ ਲੱਗੇ ਹਾਂ ਚੱਲੀਏ ਹੁਣ ਹਨੇਰਾ ਹੋ ਗਿਆ ਫਿਰ ਮਿਲਾਂਗੇ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਵੀਰ ਉਹਦੇ ਨਾਲ ਹੌਸਲਾ ਅਫਜਾਈ ਬਹੁਤ ਹੁੰਦੀ ਆ ਫੋਟੋ ਖਿੱਚ ਰਹੇ ਆ ਆਪਾਂ ਵੀ ਇੱਕ ਅੱਧੀ ਕਰਵਾ ਹੀ ਲਈਏ ਠੀਕ ਹੈ ਜੀ ਧੰਨਵਾਦ ਸਾਰੇ ਮਿੱਤਰਾਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ 'ਚ ਰੱਖਿਆ ਆਹ ਇੱਕ ਵਿੱਚ ਪਿਆ